ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਮਾਰਨਿੰਗ ਬਲੌਗ ਆਪਾਂ ਸਾਰਾ ਰੱਖਿਆ ਸਾਜੋ ਸਮਾਨ, ਅਤੇ ਚਾਲੇ ਮਾਰ ਦਿੱਤੇ ਬਾਲਮਗੜ੍ਹ, ਅਤੇ ਆਪਾਂ ਪਹੁੰਚ ਗਏ ਪੁਸ਼ਕਰ ਦੇ ਕੋਲ। ਪੁਸ਼ਕਰ ਨਾਲ ਕੀਤੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਕੇ ਪਿਆਰ ਪੁਸ਼ਕਰ ਨੂੰ, ਅਤੇ ਉਸ ਤੋਂ ਬਾਅਦ ਆਪਾਂ ਨੂਰ ਨਾਲ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ। ਅੱਜ ਐਲੀ ਮੂਡ ਦੇ ਵਿੱਚ ਨਹੀਂ ਸੀ। ਉਸ ਤੋਂ ਬਾਅਦ ਆਪਾਂ ਛਕਿਆ ਸਮੁੰਦਰ ਛੱਕ ਕੇ ਫਿਰ ਆਪਾਂ ਆਪਣੇ ਘੋੜੇ ਨੂੰ ਕੱਸਿਆ, ਉਹਦੀ ਗੱਦੀ ਤੈਰੂ ਕੱਸ ਕੇ ਪੱਟੀਆਂ ਬੈਂਡਡ ਲਾ ਕੇ ਵਧੀਆ ਤਰੀਕੇ ਨਾਲ, ਅਤੇ ਉਸ ਤੋਂ ਬਾਅਦ ਉਹਦੇ ਪੈਰਾਂ 'ਚ ਰਿੰਗ ਪਾਏ ਆਪਾਂ ਨੇ। ਇਹ ਰਿੰਗਾਂ ਦਾ ਬਹੁਤ ਬੈਨੀਫਿਟ ਹੈ ਘੋੜੇ ਦੇ ਗ੍ਰਿਪ ਬਣਾਉਣ ਵਾਸਤੇ, ਨਾਲ ਤਾਂ ਇਹਦੇ ਨਾਲ ਪੈਰ ਵੀ ਉੱਚੇ ਚੱਕਣ ਲੱਗ ਜਾਂਦਾ, ਨਾਲੇ ਦੂਰ ਰੱਖਣ ਲੱਗ ਜਾਂਦਾ। ਤਾਂ ਜਿਹੜੇ ਘੋੜੇ ਪੈਰ 'ਚ ਪੈਰ ਮਾਰਦੇ ਆ ਉਹਨਾਂ ਲਈ ਬਹੁਤ ਜ਼ਿਆਦਾ ਬੈਸਟ ਹੈ ਇਹ ਚੀਜ਼। ਉਸ ਤੋਂ ਬਾਅਦ ਆਪਾਂ ਪੂਛੀ ਪਾਈ, ਪੂਛ ਤੰਗ ਪਾ ਕੇ, ਅਤੇ ਇਹ ਥੋੜ੍ਹਾ ਜਿਹਾ ਨੋਰਮਲ ਕੱਸਿਆ ਆਪਾਂ ਨੇ। ਇਹਦੇ ਨਾਲ ਥੋੜ੍ਹਾ ਪੂਛ ਚੱਕ ਕੇ ਚੱਲਦਾ ਜਾਨਵਰ, ਅਤੇ ਨਾਲੇ ਗੱਦੀ ਅੱਗੇ ਪਿੱਛੇ ਨਹੀਂ ਜਾਂਦੀ ਹੈਗੀ। ਦੂਜਾ ਕੀ ਆ, ਜਾਨਵਰ ਲੱਤ ਮਾਰਨ ਤੋਂ ਨਾ ਵੀ ਹਟ ਜਾਂਦਾ ਹੈ ਨਾ, ਘੋੜਾ ਕਦੀ ਵੀ ਲੱਤ ਨਹੀਂ ਮਾਰਦਾ, ਅਤੇ ਉਹਦੇ ਨਾਲ ਉਹ ਬਹੁਤ ਫਰਕ ਪੈਂਦਾ ਟੱਚ ਦਾ। ਤਾਂ ਜਦੋਂ ਆਪਾਂ ਪਿੱਛੇ ਤੋਂ ਕਈ ਵਾਰੀ ਅਚਾਨਕ ਹੱਥ ਲਾਈਏ ਜਾਂ ਕੁਛ ਵੀ ਹੋ ਜਾਵੇ ਤਾਂ ਘੋੜਾ ਕਦੀ ਵੀ ਨਾ ਲੱਤ ਨਹੀਂ ਮਾਰਦਾ ਜਿਹੜੇ ਜਾਨਵਰਾਂ ਨੂੰ ਪੂਛ ਤੰਗ ਪਾਈ ਦਾ, ਤਾਂ ਉਹ ਫਿਰ ਉਹਨਾਂ ਦੀ ਟੱਚ ਸਮਝਣ ਲੱਗ ਜਾਂਦੇ ਉਹ। ਅਤੇ ਉਸ ਤੋਂ ਬਾਅਦ ਆਪਾਂ ਇੱਕ RSC ਡਬਲ ਆਪਾਂ ਉੱਤੋਂ ਦੀ ਬੰਨੀ ਆ, ਇਹ ਜਿਹੜੀ ਆਪਾਂ ਉੱਪਰ ਗੱਦੀ ਰੱਖੀ ਆ ਉਹ ਵੈਸੇ ਤਾਂ ਨਾਲ ਸਟਿਚਿੰਗ ਕੀਤੀ ਹੁੰਦੀ ਆ, ਅਤੇ ਉਹ ਇੱਕ ਦਿਨ ਕਿਸੇ ਮੈਂ ਵੀਰ ਨੂੰ ਚੜਾਇਆ ਸੀਗਾ ਤਾਂ ਉਹਨਾਂ ਨੇ ਖਿੱਚ ਦਿੱਤੀ, ਦੁਬਾਰਾ ਸਟਿਚਿੰਗ ਨਹੀਂ ਕਰਵਾਈ ਗਈ, ਤਾਂ ਫਿਰ ਅਸੀਂ ਉਹਦੇ ਉੱਤੋਂ ਦੀ ਰੱਸੀ ਕੱਸ ਦਿੰਦੇ ਹਾਂ, ਨਾਲੇ ਤਾਂ ਉਹ ਡਬਲ ਤੰਗ ਦਾ ਕੰਮ ਕਰਦੀ ਹੈ। ਅਤੇ ਆਹ ਆਪਾਂ ਉਹਦੇ ਲਈ ਨਾ ਇੱਕ ਹੈਗੀ ਆ ਟੋਪਿਕ ਇਹ ਆਉਂਦੀ ਹੈਗੀ ਹਿਮਾਲਿਆ ਦੀ, ਅਤੇ ਜਦੋਂ ਆਪਾਂ ਬਾਹਰ ਜਾਂਦੇ ਹਾਂ ਮੱਖੀ ਮੱਛਰ ਤੋਂ ਬਿਨਾਂ ਉਹਦੇ ਤੋਂ ਬਚਣ ਵਾਸਤੇ ਆਪਾਂ ਲਾ ਦਿੰਦੇ ਹਾਂ। ਮੱਖੀਆਂ ਵਗੈਰਾ ਕੁਛ ਨਹੀਂ ਉਹਦੇ ਲਾਗੇ ਆਉਂਦੀਆਂ, ਨਹੀਂ ਵੱਡੀਆਂ ਮੱਖੀਆਂ ਜਿੱਦਾਂ ਅੱਕ ਵਾਲੀਆਂ ਹੁੰਦੀਆਂ ਤਾਂ ਉਹ ਬਹੁਤ ਤੰਗ ਕਰਦੀਆਂ। ਤਾਂ ਇਹਨੂੰ ਆਪਾਂ ਰੈਡੀ ਕਰਕੇ ਅਤੇ ਕੱਸ ਕੇ ਤੰਗ ਆਪਾਂ ਇਹਦਾ ਫੁੱਲ ਹੀ ਕੱਸਦੇ ਹਾਂ, ਕਿਉਂਕਿ ਹੁਣ ਤਾਂ ਇਹਨੂੰ ਕੋਈ ਟੈਨਸ਼ਨ ਨਹੀਂ ਆ। ਆ ਜਿਹੜੇ ਸਾਈਡਾਂ 'ਤੇ ਫੁੱਲ ਵਗੈਰਾ ਬੰਨੇ ਆ ਇਹ ਪੱਟਾਂ 'ਤੇ ਵੱਜਦੇ ਰਹਿੰਦੇ ਵਾਰ ਵਾਰ, ਤਾਂ ਇਹਦੇ ਨਾਲ ਜਾਨਵਰ ਟੱਚ ਮਹਿਸੂਸ ਕਰਨ ਲੱਗ ਜਾਂਦਾ ਸਹੀ। ਅਤੇ ਉਸ ਤੋਂ ਬਾਅਦ ਆਪਾਂ ਇਹਨੂੰ 15-20 ਮਿੰਟ ਕਲਾਸ ਲਾਈ, ਅਤੇ ਆਪਾਂ ਇਹਨੂੰ ਹੁਣ ਰਸਤੇ ਦੀ ਤੋਰਦੇ ਹੁੰਦੇ ਹਾਂ, ਅਤੇ ਕਲਾਸ ਲਾ ਕੇ ਕਰਕੇ ਰਿਲੈਕਸ 1/2 ਘੰਟਾ 20 ਮਿੰਟ। ਉਸ ਤੋਂ ਬਾਅਦ ਆਪਾਂ ਆ ਕੇ ਇਹਨੂੰ ਪਿਸ਼ਾਬ ਕਰਨ, ਵੀ ਇਹਨੂੰ ਆਵਾਜ਼ 'ਤੇ ਲੱਗਿਆ ਹੋਇਆ ਜਦੋਂ ਕਹਿ ਦਿੰਦੇ ਨਾ ਪੁੱਤ ਪਿਸ਼ਾਬ ਕਰ ਲਾ, ਤਾਂ ਇਹ ਆਰਾਮ ਨਾਲ ਖੜ ਕੇ ਕਰ ਲੈਂਦਾ ਹੈ ਨਾ, ਜੇਕਰ ਜ਼ੋਰ ਹੁੰਦਾ ਤਾਂ ਉਹ ਕਰਾ ਕੇ ਪਿਸ਼ਾਬ ਸ਼ੂਬ ਵਗੈਰਾ। ਅਤੇ ਫਿਰ ਅਸੀਂ ਇਹਨੂੰ ਉਦੋਂ ਬਾਅਦ ਨਵਾ ਦਿੱਤਾ, ਨਵਾ ਕੇ ਆਪਾਂ ਛਕਿਆ ਲੰਗਰ ਪਾਣੀ, ਅਤੇ ਉਸ ਤੋਂ ਬਾਅਦ ਨਾਲੇ ਐਲੀ ਨੂੰ ਆਪਾਂ ਦਿੱਤੀ ਦਵਾਈ, ਥੋੜ੍ਹੀ ਐਲੀ ਨੂੰ ਦੇ ਕੇ ਦਵਾਈ ਛੱਕ ਕੇ ਜਲ ਪਾਣੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਚਾਲਾ ਮਾਰ ਦਿੱਤਾ ਪਿੰਡ ਬਰਗਾੜੀ ਕੋਟਕਪੂਰੇ ਵੱਲ ਨੂੰ। ਅਤੇ ਇਹ ਆ ਗਿਆ ਜੀ ਮੁਕਤਸਰ ਸਾਹਿਬ ਦਾ ਮੇਨ ਗੇਟ ਕੋਟਕਪੂਰੇ ਸਾਈਡ 'ਤੇ। ਉਸ ਤੋਂ ਬਾਅਦ ਆਪਾਂ ਪਹੁੰਚੇ ਭਾਈ ਪਿਰਤਪਾਲ ਸਿੰਘ ਬਰਗਾੜੀ ਵਾਲੇ ਦੇ ਨਵੇਂ ਫਾਰਮ ਦੇ ਵਿੱਚ, ਆਪਣੀ ਪਹਿਲੀ ਐਂਟਰੀ ਸੀ। ਅਤੇ ਉਸ ਤੋਂ ਬਾਅਦ ਅਸੀਂ ਇਹ ਸਟੈਲੀਅਨ ਹੈ ਇਹਨਾਂ ਦਾ, ਇਹਦੀ ਉਮਰ 4 ਸਾਲ ਦੇ ਆਸ ਪਾਸ ਹੈਗੀ ਆ, ਅਤੇ ਇਹਦਾ ਨਾਮ ਆਲਮ ਹੈ। ਇਹਦੇ ਨਾਲ ਮਸਤੀ ਕਰਕੇ ਇਹਨੂੰ ਕੋਲਡ ਡਰਿੰਕ ਪਿਆਈ, ਕੋਲਡ ਡਰਿੰਕ ਉਹ ਕਹਿੰਦੇ ਗਲਾਸ 'ਚ ਪਾਉਣੀ ਹੈ, ਇੱਦਾਂ ਇੱਦਾਂ ਦੇਖਦੇ ਕਿੱਦਾਂ। ਅਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਆਹ ਘੋੜੀ ਦੇਖੀ, ਇਹ ਘੋੜੀ ਵੀਰ ਕੋਲ ਸੇਲ ਲਈ ਆ,
ਜੇ ਕੋਈ ਚੰਗਾ ਸ਼ੌਕੀ ਬੰਦਾ ਰੱਖਣ ਵਾਲਾ ਤਾਂ ਇਹ ਬਹੁਤ ਹੀ ਜ਼ਿਆਦਾ ਚੰਗੀ ਘੋੜੀ ਆ, ਚੰਗੀ ਲਾਈਨ ਦੀ ਆ। ਅਤੇ ਇਹ ਸੂਰਜ ਘੋੜੇ ਦੀ ਬੱਚੀ ਆ ਅਤੇ ਬਹੁਤ ਪਿਆਰੀ ਆ। ਅਤੇ ਇੱਕ ਇਹਦੇ ਮਗਰ ਬੱਚੀ ਰਿਜ਼ਲਟ ਬਹੁਤ ਸੋਹਣਾ ਹੈ। ਬਛੇਰੀ ਤਾਂ ਵੀਰ ਜੀ ਨਹੀਂ ਦਿੰਦੇ ਕਿਸੇ ਵੀ ਕੀਮਤ 'ਚ ਨਹੀਂ ਦਿੰਦੇ, ਤਾਂ ਉਹਨਾਂ ਨੂੰ ਆਪਾਂ ਕਿਹਾ ਵੀ ਤੁਸੀਂ ਬਛੇਰੀ ਰੱਖੋ। ਅਤੇ ਘੋੜੀ ਵੀ ਰੱਖਣ ਵਾਲੀ ਹੈ, ਵੈਸੇ ਤਾਂ ਬਹੁਤ ਜ਼ਿਆਦਾ ਚੰਗੀ ਘੋੜੀ ਆ, ਰੈਡਿੰਗ ਪਾਸ ਆ, ਬਾਲ ਘੋੜੀਆਂ ਦੀ ਸਾਫ਼ ਹੈ। ਅਤੇ ਉਸ ਤੋਂ ਬਾਅਦ ਆਪਾਂ ਆਏ ਫਾਰਮ ਦੇ ਵਿੱਚ ਨਵੇਂ 'ਚ, ਅਤੇ ਉਸ ਤੋਂ ਬਾਅਦ ਆਹ ਦੇਖੋ ਇਹ ਵੀਰ ਦੀ ਬਾਹਰਲੇ ਨਸਲ ਹੈ, ਇਹ ਜਿਹੜੇ ਕੁੱਤੇ ਆ ਬਹੁਤ ਖੂਨਖਾਰ ਹੈ। ਇਹ ਕਹਿੰਦੇ ਵੀ ਇਹ ਬੰਦੇ ਦੇ ਗਲੇ 'ਤੇ ਫੜਦੇ ਆ, ਜਦੋਂ ਫੜਦੇ ਫਿਰ ਮੈਂ ਇਹਦੇ ਨਾਲ ਬੈਠ ਕੇ ਦੋ ਚਾਰ ਗੱਲਾਂ ਮਾਰੀਆਂ, ਮਾਰ ਕੇ ਉਸ ਤੋਂ ਬਾਅਦ ਫਿਰ ਅਸੀਂ ਫਾਰਮ ਦੇਖਿਆ। ਫਾਰਮ ਬਹੁਤ ਸੋਹਣਾ ਬਣਾਇਆ ਵੀਰ ਨੇ ਬਹੁਤ ਜ਼ਿਆਦਾ, ਅਤੇ ਰੂਮ ਵੀ ਆਪਣੀ ਰਿਹਾਇਸ਼ ਵੀ ਫਾਰਮ ਦੇ ਵਿੱਚ ਹੀ ਕੀਤੀ ਆ। ਅਤੇ ਉਸ ਤੋਂ ਬਾਅਦ ਫਿਰ ਅਸੀਂ ਕੱਢਿਆ ਵਕੀਲ ਨੂੰ, ਵਕੀਲ ਦੇ ਨਖਰੇ ਦੇਖੋ ਕਿੰਨੇ ਘੈਂਟ ਘੈਂਟ, ਸੁੰਬ, ਲੈਂਥ, ਕੰਨ, ਗਰਦਨ, ਕਿਆ ਬਾਤਾਂ ਨੇ, ਬਹੁਤ ਸਿਰਾ। ਅਤੇ ਇਹ ਮੁੰਡਾ ਵੀਰ ਨੇ ਨਵੇਂ ਹੀ ਰੱਖਿਆ ਇਹ ਪਾਕਸਰ ਤੋਂ ਆ, ਅਤੇ ਬਹੁਤ ਸੋਹਣੀ ਸੇਵਾ ਕਰਦਾ ਮੁੰਡਾ ਘੋੜਿਆਂ ਦੀ। ਅਤੇ ਆ ਆਪਣੇ ਵੀਰ ਪਿਰਤਪਾਲ ਸਿੰਘ ਚੱਲੇ ਆ ਵਕੀਲ ਦੇ ਨਾਲ ਵਾਕਿੰਗ, ਪੋਲੇ ਪੋਲੇ ਕਦਮ, ਕਬੱਡੀ ਵਾਲੇ ਵਾਂਗੂ। ਦੇਖੋ ਤੁਸੀਂ ਘੋੜੇ ਦੀ ਲੈਂਥ ਦੇਖੋ, ਸੁੰਬ ਦੇਖੋ, ਕੰਨ, ਘੋੜੇ ਦਾ ਜਿਹੜਾ ਮੱਥਾ ਨਾ, ਗਰਦਨ ਹੈ, ਕਿਆ ਬਾਤਾਂ ਹੀ ਆ। ਤੁਸੀਂ ਘੋੜੇ ਦੇ ਲਾਗੇ ਖੜੋਗੇ ਨਾ ਤੁਹਾਨੂੰ ਡਰ ਆਊਗਾ, ਕਿਸੇ ਵੀ ਘੋੜੇ ਦੇ ਲਾਗੇ ਖੜ੍ਹੇ ਤਾਂ ਨਾ ਡਰ ਨਹੀਂ ਆਉਂਦਾ। ਤਾਂ ਇਸ ਘੋੜੇ ਦੇ ਅੱਖ 'ਚ ਅੱਖ ਨਹੀਂ ਕੋਈ ਬੰਦਾ ਪਾ ਸਕਦਾ, ਇੰਨੀ ਜ਼ਿਆਦਾ ਘੈਂਟ ਗੱਲਬਾਤ ਆ। ਕਿਉਂਕਿ ਪੁਰਾਤਨ ਬਰੀਡ ਹੈ, ਬਹੁਤ ਬੋਡੀ ਸਟਰਕਚਰ ਬਹੁਤ ਜ਼ਿਆਦਾ ਸੋਹਣਾ ਆ, ਅਤੇ ਸਮਝਦਾਰ ਬਹੁਤ ਹੈ, ਵੀਰ ਨੂੰ ਬਹੁਤ ਪਿਆਰ ਕਰਦਾ। ਜਦੋਂ ਵੀਰ ਆਵਾਜ਼ ਮਾਰਦਾ ਆਲਮ ਓਏ ਤਾਂ ਫਿਰ ਆਵਾਜ਼ਾਂ ਮਾਰਦਾ ਦੂਰੋਂ ਪੂਰੀਆਂ, ਹੈ ਨਾ। ਅਤੇ ਵੀਰ ਇਹਦਾ ਨਾ ਪੁੱਤਾਂ ਵਾਂਗ ਇਹਦੇ ਨਾਲ ਪਿਆਰ ਹੈ ਬਹੁਤ ਜ਼ਿਆਦਾ, ਹੈ ਨਾ। ਰਿਸਪੈਕਟਡ ਮੰਨ ਲਓ ਪਰਸਨ ਹੈ ਇਹਨਾਂ ਦੇ ਲਈ ਘੋੜਾ। ਅਤੇ ਉਸ ਤੋਂ ਬਾਅਦ ਫਿਰ ਆਪਾਂ ਗਏ ਪੁਰਾਣੇ ਫਾਰਮ ਦੇ ਵਿੱਚ, ਜਾਨਵਰ ਸਾਰੇ ਹਲੇ ਪੁਰਾਣੇ ਫਾਰਮ ਦੇ ਵਿੱਚ ਹੀ ਆ। ਉਸ ਤੋਂ ਬਾਅਦ ਆਪਾਂ ਇਹਦੇ ਨਾਲ ਮਾਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਿਊਟ ਜੀ ਬੇਬੀ ਨਾਲ। ਇਹ ਰਿਹਾ ਆਲਮ, ਆਲਮ ਨੂੰ ਉਸ ਤੋਂ ਬਾਅਦ ਅਸੀਂ ਫਾਰਮ 'ਚ ਲਿਆਂਦਾ ਸੀ, ਆ ਗਿਆ ਵਕੀਲ ਦਾ ਰੂਮ। ਅਤੇ ਬਹੁਤ ਵਧੀਆ ਪੁਰਾਣੇ ਰੂਮ ਨੇ, ਜਿੱਦਾਂ ਬਹੁਤ ਠੰਡੇ ਆ ਅਤੇ ਬਹੁਤ ਚੰਗੇ ਰੂਮ ਬਣੇ ਹੋਏ ਆ। ਅਤੇ ਆਹ ਘੋੜੀ ਇੱਕ ਹੋਰ ਵੱਡੀ ਆ ਅਤੇ ਬਹੁਤ ਚੰਗੀ, ਆਲਮ ਤੋਂ ਸੁਣ ਵਾਲੀ ਆ ਹੁਣ, ਆਪਣੇ ਸੌਰੀ ਵਕੀਲ ਤੋਂ ਸੁਣ ਵਾਲੀ ਆ ਉਹ ਘੋੜੀ। ਅਤੇ ਇਹ ਘੋੜੀ ਹਲੇ ਸ਼ਾਇਦ ਨਹੀਂ ਮਲਾਈ ਹੋਈ, ਇਹ ਮਿਲਾਉਣ ਵਾਲੀ ਆ ਘੋੜੀ, ਹਲੇ ਨਹੀਂ ਮਲਾਈ। ਅਤੇ ਉਹਦੀ ਬੱਚੀ ਆ, ਫਿਰ ਆਪਾਂ ਇਹਨਾਂ ਦੀ ਕਰੀ ਟ੍ਰਿਮਿੰਗ, ਸਾਰੇ ਜਾਨਵਰਾਂ ਦੀ ਟ੍ਰਿਮਿੰਗ ਕਰਕੇ, ਸਾਰਿਆਂ ਦੀ ਪੈਰ ਪੂਰ ਚੈੱਕ ਕਰਕੇ, ਅਤੇ 2 ਘੰਟੇ ਕੀਤਾ ਆਰਾਮ। ਆਹ ਦੇਖੋ ਪੈਰ ਪਹਿਲਾਂ ਕਿੱਡੇ ਕਿੱਡੇ ਸੀ। ਅਤੇ ਟ੍ਰਿਮਿੰਗ ਕਰਕੇ ਇਹਨਾਂ ਦੀ ਸਾਰਿਆਂ ਦੀ, ਫਿਰ ਅਸੀਂ ਕੀਤਾ ਆਰਾਮ। ਵੀਰੇ ਨੇ ਬਹੁਤ ਸੇਵਾ ਕਰੀ, ਬਹੁਤ ਇੱਜ਼ਤ ਕਰੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੇ ਫੈਮਿਲੀ ਨੂੰ। ਉਸ ਤੋਂ ਬਾਅਦ ਆਪਾਂ ਲਈ ਵੀਰੇ ਤੋਂ ਵਿਦਿਆ, ਆਗਿਆ ਲੈ ਕੇ, ਫਿਰ ਆਪਾਂ ਚਾਲਾ ਮਾਰ ਦਿੱਤਾ ਮੁਕਤਸਰ ਸਾਹਿਬ ਵੱਲ ਨੂੰ। ਅਤੇ ਉੱਥੋਂ ਆ ਗਏ ਆਪਾਂ, ਆ ਕੇ ਮਹਾਰਾਜ ਦੀ ਕਿਰਪਾ ਦੇ ਨਾਲ ਪਾਕਸਰ ਪਹੁੰਚੇ। ਪਾਕਸਰ ਪਹੁੰਚ ਕੇ ਆਪਾਂ ਕੀਤੀ ਰੈਸਟ। ਤਾਂ ਸਾਰੇ ਭਰਾ ਵੱਧ ਤੋਂ ਵੱਧ ਵੀਡੀਓ ਨੂੰ ਸਪੋਰਟ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਆਪਣੇ ਭਰਾ ਦੀ ਹੈਲਪ ਕਰੋ ਵੱਧ ਤੋਂ ਵੱਧ। ਅਤੇ ਘੋੜਿਆਂ ਦੀ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਠੀਕ ਹੈ ਜੀ, ਕੱਲ੍ਹ ਨੂੰ ਫਿਰ ਮਿਲਦੇ ਨਵੀਂ ਵੀਡੀਓ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।